ਪਿਛਲੇ ਦਿਨੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਸਕੂਲੀ ਬੱਸ ਦੇ ਭਿਆਨਕ ਹਾਦਸੇ ਵਿੱਚ ਕਈ ਮਾਸੂਮ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਸਨ। ਇਸ ਤੋਂ ਬਾਅਦ ਹੁਣ ਤਾਜ਼ਾ ਘਟਨਾ ਫੇਰ ਵਾਪਰੀ ਜਦੋਂ ਇੱਕ ਸਕੂਲੀ ਬੱਸ ਵਿੱਚ ਬਰਾਤੀ ਸਾਹਨੇਵਾਲ ਜਾ ਰਹੀ ਸੀ ਜੋ ਕਿ ਤੇਜ਼ ਰਫ਼ਤਾਰ ਹੋਣ ਕਾਰਨ ਪਲਟ ਗਈ, ਜਿਸ ਵਿੱਚ 2 ਦਰਜਨ ਦੇ ਕਰੀਬ ਬਰਾਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਲੇਰਕੋਟਲਾ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਜੋ ਜ਼ਿਆਦਾ ਸੀਰੀਅਸ ਨੇ ਉਹਨਾਂ ਨੂੰ ਲੁਧਿਆਣਾ ਅਤੇ ਪਟਿਆਲਾ ਦੇ ਹਸਪਤਾਲਾਂ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਵੀ ਹਸਪਤਾਲ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ। ਬਰਾਤ ਲੈ ਕੇ ਇੱਕ ਬੱਸ ਜਾ ਰਹੀ ਸੀ, ਮਲੇਰਕੋਟਲੇ ਤੋਂ ਸਾਹਨੇਵਾਲ ਜਾਣਾ ਸੀ। ਕਰਮ ਪਿੰਡ ਰੋਡ 'ਤੇ ਉਹਦਾ ਸੰਤੁਲਨ ਵਿਘਨ ਕਰਕੇ ਬ੍ਰੇਕ ਬਰੂਕ ਵੱਜੀ, ਡਰਾਈਵਰ ਤੋਂ ਪਲਟ ਗਈ। ਕੈਜੂਅਲਟੀ ਕੋਈ ਨਹੀਂ, ਇੱਥੇ ਕੋਈ ਸਾਨੂੰ ਆਇਆ ਨਹੀਂ ਮੈਸੇਜ, ਫਿਰ ਵੀ ਅਸੀਂ ਬੱਸ ਜਿਹੜੀ ਸਿੱਧੀ ਕਰਵਾ ਕੇ ਨਾਲ ਦੀਆਂ ਸਾਡੇ ਇੱਥੇ ਲਈ ਹੈ ਕਬਜ਼ੇ 'ਚ। ਜਿਵੇਂ ਕੋਈ ਸਟੇਟਮੈਂਟ ਹੋਈ ਹੋਊਗੀ। ਜਮਾਲਪੁਰੇ ਤੋਂ ਬਰਾਤ ਜਾ ਰਹੀ ਸੀ ਸਮੈਲ ਬਸਤੀ 'ਚੋਂ ਸਾਹਨੇਵਾਲ ਨੂੰ ਜਦ ਟਰਨ ਹੋ ਕੇ ਗਈ ਹੈ, ਉਸ ਤੋਂ ਬਾਅਦ 5 ਮਿੰਟ ਬਾਅਦ ਐਕਸੀਡੈਂਟ ਹੋ ਗਿਆ। ਮੂਹਰੇ ਕੋਈ ਗੱਡੀ ਆ ਗਈ, ਉਹ ਤੋਂ ਬਚਾਉਂਦਾ ਬਚਾਉਂਦਾ ਬੱਸ ਐਂ ਪਲਟ ਗਈ, ਉੱਧਰ ਨੂੰ ਜਾ ਕੇ ਐਂ ਪਤਾ ਲੱਗਿਆ ਸਫੈਦੇ 'ਚ ਲੱਗੀ ਜਾ ਕੇ, ਉਸ ਤੋਂ ਬਾਅਦ ਪੁੱਠੀ ਹੋ ਗਈ ਬੱਸ। ਬੱਸ ਤੇਜ਼ ਸੀ ਥੋੜ੍ਹੀ ਜਿਹੀ, ਸੰਭਾਲੀ ਗਈ ਨਹੀਂ ਉੱਥੋਂ, ਉਹਦਾ ਟਾਇਰ ਵੀ ਫਟ ਗਿਆ ਮੇਰਾ ਖਿਆਲ ਬੱਸ ਦਾ, ਆਵਾਜ਼ ਹੀ ਆਈ ਥੋੜ੍ਹੀ ਜਿਹੀ। ਸਕੂਲੀ ਬੱਸ ਸੀ, ਸਕੂਲ ਵਾਲੀ ਬੱਸ ਤੇ ਜੀ। ਜ਼ਖਮੀ ਤਾਂ ਜੀ ਬਹੁਤ ਤੇਜ਼ ਜੀ, 3 ਵਾਰੀ ਜੀ, 3 ਵਾਰੀ ਫੋਨ ਆਇਆ ਜੀ ਸਾਨੂੰ ਸਾਡੇ ਘਰਦਿਆਂ ਦਾ ਵੀ ਬੱਸ ਪਹਿਲਾਂ ਖਰਾਬ ਹੋਈ, ਫਿਰ ਠੀਕ ਕਰਕੇ ਅੱਗੇ ਫਿਰ ਲੈ ਕੇ, ਫਿਰ ਅੱਗੇ ਜਾ ਕੇ ਖਰਾਬ ਹੋਈ ਹੈ ਜੀ, ਫਿਰ ਅੱਗੇ ਜਾ ਕੇ ਖਰਾਬ ਹੋਈ ਹੈ ਜੀ ਬੱਸ। ਮਲੇਰਕੋਟਲਾ ਤੋਂ ਬਿਊਰੋ ਰਿਪੋਰਟ, ਆਜ਼ਾਦ ਟੀਵੀ ਨਿਊਜ਼।